ਗੋਸ਼ੀ ਸਾਹਿਬ ਜਿਹੜਾ ਸਵੇਰ ਦਾ ਨਾਸ਼ਤਾ ਤੁਹਾਡਾ ਹੁੰਦਾ ਇਹ ਕੀ ਹੁੰਦਾ? ਦੇਖੋ ਜੀ, ਸਵੇਰ ਦਾ ਸਭ ਤੋਂ ਪਹਿਲੇ ਤੇ ਜਦੋਂ ਮੈਂ ਸੌਂਦਾ ਹਾਂ ਤੇ ਸਵੇਰ 10 ਵਜੇ ਬੱਚੇ ਉੱਠ ਕੇ ਉਠਾਉਂਦੇ ਨੇ ਔਰ ਰਾਤ ਨੂੰ ਭਿਓ ਦੇਣੀਆਂ ਨੇ 2 ਅੰਜੀਲਾਂ, 4 ਖਜੂਰਾਂ, ਠੀਕ ਹੈ, ਮਜ਼ੂਮ ਜਿਹੜੀਆਂ ਹੁੰਦੀਆਂ ਨੇ ਉਹ ਨਾਲ ਜਿਹੜਾ ਹੁੰਦਾ ਤੇ ਨਾਲ 7 ਪਿਸਤੇ, 3 ਕਾਜੂ ਤੇ ਨਾਲ ਆਪਣਾ ਛੋਟੀ ਸੌਂਗੀ ਦੇ ਉੱਤੋਂ ਲਾਗਣਾ ਉਹ 12-14 ਛੋਟੀ ਸੌਂਗੀ ਪੱਠਿਆਂ ਵਾਸਤੇ ਹੁੰਦੀ ਹੈ। ਹਾਂਜੀ ਹਾਂਜੀ, ਉਹ ਵਿੱਚ ਠੀਕ ਹੈ ਜੀ। ਤੇ ਇਹ ਰਾਤ ਪੱਠੇ ਮਾਰਨ ਲਈ? ਜੀ ਜੀ, ਪੱਠੇ ਮਾਰ ਲਈ ਜਾਂ ਪੱਠੇ ਮਤਲਬ? ਹਾਂਜੀ ਬਿਲਕੁਲ ਬਿਲਕੁਲ। ਤੇ ਇਹ ਆਪਣਾ ਸਵੇਰੇ ਦੁੱਧ ਦੇ ਵਿੱਚ ਇਹਨੂੰ ਸ਼ੇਕ ਕਰਕੇ ਨਾ ਉਹ ਜਿਹੜਾ ਗਲਾਸ ਸਭ ਤੋਂ ਪਹਿਲਾਂ 10 ਵਜੇ ਪੂਰੇ ਅੱਛਾ ਇਹ ਅੰਦਰ ਜਾਂਦਾ। ਵਾਓ, ਤੇ ਜੇ 1-2 ਮਿੰਟ ਉੱਤੇ ਹੋਈਏ ਤੇ? ਨਹੀਂ, ਫਿਰ ਨਹੀਂ ਅੰਦਰ ਜਾ ਸਕਦਾ। ਅੱਛਾ, ਫਿਰ ਤੇ ਮੈਂ ਜੋ ਆਪਣਾ 10 ਵਜੇ ਦਾ ਟਾਈਮ ਦਿੱਤਾ ਤੇ ਮੇਰਾ 10 ਵਜੇ ਉੱਠਣਾ। ਉੱਠੋ ਜੀ ਪਾਪਾ ਜੀ, ਹੈ ਗਲਾਸ ਉਹ ਮੈਂ ਕਰਕੇ ਗੜਦਾ ਬਿਸਮਿਲਾ ਕਰਕੇ ਉਹਨੂੰ ਰੱਖਣਾ ਹੈ। ਠੀਕ 5 ਮਿੰਟਾਂ ਬਾਅਦ ਯੂਰਨ ਆਉਣਾ, ਯੂਰਨ ਕਰਕੇ ਫਿਰ ਮੈਂ ਸੌਂ ਜਾਣਾ। ਅੱਛਾ ਜੀ, 5 ਮਿੰਟ ਬਾਅਦ ਆ ਜਾਣਾ? ਤੇ ਉਹ ਕੀਤਾ ਨਹੀਂ ਨਾ ਹੁੰਦਾ, ਜਦੋਂ ਜ਼ੋਰ ਪੈ ਜਾਏ ਜਦੋਂ ਬੰਦਾ ਉੱਠ ਪਵੇ ਨਾ ਉਹ ਜ਼ਾਹਰ ਯੂਰਨ ਹੀ ਆਉਂਦਾ ਸਭ ਤੋਂ ਪਹਿਲਾਂ। ਪ੍ਰੈਸ਼ਰ ਹੀ ਇੰਜ ਪੈਂਦਾ ਜੀ ਜੀ, ਪੈਂਦਾ ਰਹਿੰਦਾ। ਬੇਸਿਕਲੀ ਇਹ ਇਨਸਾਨ ਨੂੰ ਆਪਣੀ ਸਿਹਤ ਦਾ ਖਿਆਲ ਕਰਨਾ ਚਾਹੀਦਾ ਤੇ ਸਿਹਤਮੰਦ ਰਹਿਣ ਦਾ ਰਾਜ਼ ਹੈ, ਜਵਾਨ ਰਹਿਣ ਦਾ, ਬਿਮਾਰੀਆਂ ਤੋਂ ਬਚਣ ਦਾ। ਔਰ ਆਪਣੀ ਡਾਈਟ ਦੇ ਬਾਰੇ ਦੱਸ ਰਹੇ ਨੇ ਗੋਸ਼ੀ ਖਾਨ ਸਾਹਿਬ ਔਰ ਉਮੀਦ ਕਰਨੇ ਆ ਕਿ ਇਹਨਾਂ ਦੀ ਇਸ ਗੁਫ਼ਤਗੂ ਤੋਂ ਕਈ ਲੋਕਾਂ ਦਾ ਭਲਾ ਹੋ ਜਾਏਗਾ। ਭਲਾ ਹੋ ਜਾਏਗਾ ਜ਼ਰੂਰੀ ਵਿਊਅਰਸ ਹੈ, ਇਸ ਤਰ੍ਹਾਂ ਨੇ ਉਹ ਬਿਲਕੁਲ ਇੰਜੋਏ ਹੋ ਜਾਣਗੇ। ਹਾਂਜੀ ਵਿਊਅਰਸ, ਇਹ ਗੱਲ ਤੁਸੀਂ ਜ਼ਿਹਨ ਦੇ ਵਿੱਚ ਰੱਖਣਾ, ਜਿਹੜੀ ਮੈਂ ਗੱਲ ਕਰ ਰਿਹਾ ਉਹ ਇੱਕ ਸੋਨਾ ਤੇ ਹੀਰੇ ਵਰਗੀ ਗੱਲ ਹੈ। ਕਿਉਂਕਿ ਇਹ ਤੁਸੀਂ ਉਦੋਂ ਸੋਚੋਗੇ ਜਦੋਂ ਅੱਲਾ ਨਾ ਕਰੇ ਤੁਸੀਂ ਕਿਤੇ ਬਿਮਾਰੀ 'ਚ ਮੁਬਤਲਾ ਹੋ ਜਾਓ, ਤੁਹਾਨੂੰ ਲੋਕੀ ਕਹਿਣ ਜੇ ਤੁਸੀਂ ਬਿਮਾਰੀ ਦੀ ਹਾਲਤ ਦੇ ਵਿੱਚ ਤੁਸੀਂ ਆਪਣਾ ਕੇਲੇ ਫਰੂਟ ਸੇਬ ਨਾਰ ਖਾਓ, ਨਹੀਂ ਤੌਬਾ ਕਰੋ ਨਾ, ਤੁਸੀਂ ਬਿਮਾਰ ਹੋ ਤੁਸੀਂ ਪਹਿਲਾਂ ਹੀ ਖਾਣੇ ਸ਼ੁਰੂ ਕਰਦੇ ਹੋ। ਔਰ ਸਭ ਤੋਂ ਵੱਡੀ ਗੱਲ, ਅੱਲਾ ਤਾਲਾ ਨੇ ਤੁਹਾਡੇ ਵਾਸਤੇ ਜਿਹੜੀ ਤੁਹਾਡੀ ਗੋਲੀਆਂ ਨਾ ਖੁਸ਼ਕ ਮੇਵਾ ਜਾਂ ਤੇ ਦਾਲਾਂ, ਇਹ ਤੁਹਾਡੀਆਂ ਗੋਲੀਆਂ ਨੇ ਤੇ ਤੁਹਾਡੇ ਸ਼ਰਬਤ ਸੀਰਪ ਕਿਹੜੇ ਨੇ, ਇਹ ਫਰੂਟ ਨੇ ਤੁਹਾਡੇ, ਇਹਦੇ ਵਿੱਚ ਸਾਡੀ ਸ਼ਿਫਾ ਲੈਣੇ ਕੱਲੀ, ਅਸੀਂ ਇਹਦੇ ਤੋਂ ਬਾਹਰ ਨਹੀਂ ਜਾਣਾ। ਅੱਛਾ ਜੀ, ਤੁਹਾਨੂੰ ਮੈਂ ਦੱਸ ਗੋਸ਼ੀ ਸਾਹਿਬ ਕੁਝ ਹਲਕਿਆਂ 'ਚ ਕਹਿਣਾ ਹੈ ਕਿ ਤੁਹਾਨੂੰ ਟੀਵੀ ਹੈ ਇਹਦੇ ਬਾਰੇ। ਅਸਲ ਦੇ ਵਿੱਚ ਉਹਨਾਂ ਦਾ ਹੁਣ ਟੀਵੀ ਦਾ ਰਿਵਾਜ਼ ਨਹੀਂ ਨਾ ਹੈਗਾ, ਉਹਨਾਂ ਟੀਵੀ ਕਰ ਲਾਇਆ। ਅੱਛਾ, ਇਸ ਤਰ੍ਹਾਂ ਹੀ ਖਾਣਾ ਜੂਸ ਜਿਹੜਾ ਇਹਦਾ, ਐਸ ਜੀ ਖਾਓ ਤੇ ਜ਼ਿਆਦਾ ਫਾਇਦੇ ਤੇ ਇਹਦਾ ਜਿਹੜਾ ਛਿਲਕੇ ਅੰਦਰ ਜਾ ਕੇ ਤੁਹਾਡੇ ਮੇਦੇ ਵਿੱਚ ਉਹ ਕੈਸਾ ਉਹ ਫਾਈਬਰ ਪੈਦਾ ਕਰਦਾ, ਜਰਾਸੀਮ ਦੇ ਫਾਈਬਰ ਔਰ ਉਹ ਤੁਹਾਡਾ ਸਾਰਾ ਖਾਲੀ ਕਰ ਦਿੰਦਾ ਬਿਲਕੁਲ, ਤੌੜੀ ਆ ਬਿਲਕੁਲ, ਐਂ ਜਿਹੜੇ ਲੂਹ ਹੁੰਦੇ ਨੇ ਸਾਮ ਹੁੰਦੇ ਨੇ ਬਿਲਕੁਲ ਐਂ ਨਹੀਂ ਕਰ ਰਿਹਾ ਹੁੰਦਾ ਕਿ ਵੀ ਤਾਜ਼ੇ ਆ ਸੀ। ਅੱਛਾ ਜੀ, 10 ਵਜੇ ਤੋਂ ਬਾਅਦ ਤੁਸੀਂ ਆ ਜਾਓ, ਮੈਂ ਉੱਠਣਾ ਹੁੰਦਾ। ਅੱਛਾ, ਟਾਈਮ 10 ਵਜੇ? ਨਹੀਂ ਨਹੀਂ, 10 ਵਜੇ ਮੈਂ ਸੌਂ ਗਿਆ। ਅੱਛਾ, 10 ਵਜੇ ਤੋਂ ਬਾਅਦ ਉੱਠਣਾ ਹੁੰਦਾ ਮੈਂ ਉੱਠ ਕੇ ਤੇ 1 ਵਜੇ ਨਾਲ ਨਮਾਜ਼ ਪੜ੍ਹਨੀ ਹੁੰਦੀ। ਨਮਾਜ਼ ਪੜ੍ਹਨ ਤੋਂ ਬਾਅਦ ਮੇਰਾ ਫਸਟ ਜਿਹੜਾ ਜਿਹੜੀ ਖਾਣਾ ਨਾਸ਼ਤਾ ਜਿਹੜਾ ਉਹ ਦੇਸੀ ਘਿਓ ਦੇ ਨਾਲ ਚੋਪੜੀ ਰੋਟੀ। ਸੁਭਾਨ ਅੱਲਾ, ਐਸਾ ਸੋਹਣਾ ਕਲਰ ਉਹਦਾ ਕਿ ਦੇਸੀ ਘਿਓ ਦੇ ਵਿੱਚੋਂ ਇੰਝ ਲੱਗਦਾ ਹੈ ਕਿ ਜਿਵੇਂ ਦੇਸੀ ਘਿਓ ਦੇ ਵਿੱਚੋਂ ਵਿਵਰਸ ਇੰਝ ਲੱਗਦਾ ਹੈ ਕਿ ਜਿਵੇਂ ਸੂਰਜ ਨੂੰ ਵੇਖ ਰਹੇ ਹੋ ਸ਼ਕਲ ਨਾਲ। ਸੁਭਾਨ ਅੱਲਾਹ, ਕਲੀਅਰ। ਉਹ 1 ਚਮਚੀ ਪੂਰੀ ਨਾਲ ਕੱਟੀ ਸਲਾਦ, ਛੋਟੀ ਛੋਟੀ ਸਲਾਦ ਖਾਣੀ ਹੀ 4 ਵਜੇ ਤੋਂ ਪਹਿਲਾਂ ਰਾਤ ਨੂੰ ਖਾਓਗੇ ਤੇ ਮਾਓ ਤੇ ਦਿਨੇ ਖਾਓਗੇ ਤੇ ਇੰਝ ਕਿ ਜ਼ਿੰਦਗੀ ਦੇ ਬਹਾਰ। ਅੱਛਾ ਗੁਰਜਰ, ਸਲਾਦ ਕਿਹੜੀ ਚੀਜ਼ ਦੀ ਜ਼ਿਆਦਾ ਇਸਤੇਮਾਲ ਕਰਨੀ ਚਾਹੀਦੀ? ਵੇਖੋ ਜੀ, ਸਲਾਦ ਤੁਸੀਂ ਸਭ ਤੋਂ ਪਹਿਲਾਂ ਪਿਆਜ਼, ਉਸ ਤੋਂ ਬਾਅਦ ਪੁਦੀਨਾ ਨਾਲ ਕੱਟ ਲਓ, ਨਾਲ ਤੁਸੀਂ ਹਰੀ ਮਿਰਚ ਕੱਟ ਲਓ, ਨਿੰਬੂ ਪਾ ਲਓ। ਤੁਸੀਂ ਨਿੰਬੂ, ਨਿੰਬੂ ਦੀ ਆਲੇ ਗੱਲ ਹੋਈ ਹੈ ਜੀ ਜੀ, ਤੇਰਾ ਮੂੰਹ ਮੇਰੇ ਮੂੰਹ ਵਰਗਾ ਥੋੜੀ ਜੀ। ਤੁਸੀਂ ਗੋਭੀ ਜਿਹੜੇ ਡੰਡਲ ਹੁੰਦੇ ਨੇ, ਕੋਸ਼ਿਸ਼ ਕਰਨੀ ਹੈ ਉਤਲੇ ਫੁੱਲ ਨਹੀਂ ਡੰਡਲ ਜਿਹੜੇ ਨਾਲ ਹਾਲੇ ਤੇ ਗਾਜਰ ਵੀ, ਹਲਕੀ ਕਾਲੀ ਮਿਰਚ ਤੇ ਹਲਕਾ ਜਿਹਾ ਨਮਕ, ਜਿਹੜਾ ਉਹ ਤੇ ਬੂਰ ਨਜ਼ਰ ਆਵੇ, ਜਿਹੜੀ ਬੂਰੀ ਨਾ ਹੋਵੇ, ਉਹ 1 ਚਮਚੀ। ਉਹ ਕਿਸੇ ਨੂੰ ਦੇ ਕੇ ਆਣੀ ਆ? ਆਪ ਖਾਣੀ ਆਪ ਖਾਣੀ ਹੈ ਆਪ ਆਪਣੇ ਲਈ? ਉਧਰੋਂ ਤਾਂ ਸਾਡੀ ਕੋਈ ਰਿਸ਼ਤੇਦਾਰੀ ਹੈ ਜਾਂ ਸਭ ਆਪਣੇ ਲਈ ਆਪਣੇ, ਸੋਰੀ, ਉਹਨਾਂ ਨੇ ਕਿਸੇ ਦਾ ਕੁਝ ਨਹੀਂ ਦੇਣਾ। ਜੀ ਜੀ ਜੀ, ਕਿਸੇ ਨਾ ਕੁਝ ਦੇਣਾ ਹੋਵੇ ਤੇ ਉਹ ਖਾਂਦਾ ਹੈ। ਗੋਸ਼ੀ ਸਾਹਿਬ, ਜ਼ਿੰਦਗੀ 'ਚ ਫਾਲਜ ਕਿੰਨੀ ਵਾਰੀ ਹੋਇਆ ਤਾਂ? ਇਹ ਮੈਂ ਹੁੰਦੇ ਵੇਖੇ ਨੇ ਬੰਦੇ।
पुदीने की चटनी पुदीने की चटनी जी किस तरह बनानी है वास्ता सीधी ना कुटिया करो ओच सब तो पहला अनारदाना पाओ पुदीने की चटनी पाओ चंगी तरह मिट्टी कढ़नी हर घर नू पता है हर बंदा बादशाह है लेकिन याद दहानी उस तो बाद तुसी ओनू बना के चंगी तरह विच हरी मिर्च भी तुसी ना देसी लैनी है प्याज भी लैना देसी अगर ते तुसी मजा लैना ते फिर देसी चीजा पानी है ओ कुट लैना नाल मैं घर दी बनाना आलू बारे इमले दी चटनी घर दी ओदे च हल्की जी काली मिर्च ते हल्का जिहा नमक पा के ताकि ओदी जरा जिहड़ी हुंदी ना बहुती बीज खटियाई जिहड़ी ओनू ओदे नाल जज़ब और ओदा रिछाव कर दिंदी है ओ तुसी अज गोभी गोश्त अगर मेरे को पक्या तो मेरा भुजिया गोश्त लैदा आना दो त्रै बोटियां लमिया मिर्चा कट के जिद नमक पा के बेटा नाल घर दे घरों आना होटल तो नहीं आना अच्छा जी नहीं आप पक्या घर च घर दे विच उस तो बाद नाल मैं जाके मिर्च त्रोड़ना नाल मसाला लाना नाल चांपा पक्कियां हुंदियां ने उस तो बाद जिहड़ा ना मैं करके खाना नाल एक पुदीने की चमची लैदा हुंदी है और ओहदी इमली आलू भरे की लैदा हुंदी है नाल बेशुमार लोग जरासीमा ते हैवी हो जाए एने मजबूत अंदर पॉजिटिव जरासीम होने चाहिए मजबूत पावर है ठीक है।